ਫਗਵਾੜਾ ਸ਼ਹਿਰ ਦੇ ਸਰਾਏ ਰੋਡ 'ਤੇ ਸਥਿਤ ਫਾਈਨ ਇਲੈਕਟ੍ਰੋਨਿਕ ਕੰਪਨੀ ਵਿੱਚ ਅੱਜ ਦੇਰ ਸ਼ਾਮ ਅਚਾਨਕ ਅੱਗ ਲੱਗ ਜਾਣ ਦੀ ਸੂਚਨਾ ਮਿਲੀ ਹੈ, ਜਿਸ ਦੀ ਸੂਚਨਾ ਤੁਰੰਤ ਫਾਇਰ ਬ੍ਰਿਗੇਡ ਫਗਵਾੜਾ ਨੂੰ ਦਿੱਤੀ ਗਈ। ਸੂਚਨਾ ਮਿਲਦੇ ਸਾਰ ਹੀ ਮੌਕੇ 'ਤੇ ਪੁੱਜੀ ਫਾਇਰ ਬ੍ਰਿਗੇਡ ਦੀ ਟੀਮ ਨੇ ਅੱਗ 'ਤੇ ਕਾਬੂ ਪਾਇਆ। ਇਸ ਮੌਕੇ ਜਾਣਕਾਰੀ ਦਿੰਦਿਆਂ ਦੁਕਾਨਦਾਰ ਅਤੇ ਆਸ ਪਾਸ ਦੇ ਦੁਕਾਨਦਾਰਾਂ ਵੱਲੋਂ ਦੱਸਿਆ ਕਿ ਅੱਜ ਦੇਰ ਸ਼ਾਮ ਅਚਾਨਕ ਫਾਈਨ ਇਲੈਕਟ੍ਰਿਕ ਕੰਪਨੀ ਦੀ ਉੱਪਰਲੀ ਮੰਜ਼ਿਲ 'ਤੇ ਪਏ ਸਮਾਨ ਨੂੰ ਸ਼ਾਰਟ ਸਰਕਿਟ ਹੋਣ ਕਾਰਨ ਅਚਾਨਕ ਅੱਗ ਲੱਗ ਗਈ। ਉਹਨਾਂ ਕਿਹਾ ਕਿ ਜਿਸ ਦੀ ਸੂਚਨਾ ਉਹਨਾਂ ਵੱਲੋਂ ਤੁਰੰਤ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ ਅਤੇ ਕੁਝ ਹੀ ਮਿੰਟਾਂ ਵਿੱਚ ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। ਉਹਨਾਂ ਦੱਸਿਆ ਕਿ ਦੁਕਾਨ ਦੀ ਉੱਪਰਲੀ ਮੰਜ਼ਿਲ 'ਤੇ ਪਿਆ ਕਾਫੀ ਸਮਾਨ ਸੜ ਕੇ ਸਵਾਹ ਹੋ ਗਿਆ। ਉੱਧਰ ਇਸ ਮੌਕੇ ਜਾਣਕਾਰੀ ਦਿੰਦਿਆਂ ਫਾਇਰ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਫਗਵਾੜਾ ਦੇ ਸਰਾਏ ਰੋਡ 'ਤੇ ਦੁਕਾਨ ਨੂੰ ਅੱਗ ਲੱਗ ਗਈ ਹੈ, ਜਿਸ ਤੋਂ ਬਾਅਦ ਉਹ ਤੁਰੰਤ ਮੌਕੇ 'ਤੇ ਦੋ ਗੱਡੀਆਂ ਲੈ ਕੇ ਪੁੱਜੇ ਅਤੇ ਉਹਨਾਂ ਵੱਲੋਂ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ। ਹੋਰ ਇਸ ਮੌਕੇ ਜਾਣਕਾਰੀ ਦਿੰਦਿਆਂ ਦੁਕਾਨਦਾਰ ਅਤੇ ਫਾਇਰ ਅਧਿਕਾਰੀ ਨੇ ਕੀ ਕਿਹਾ, ਦੇਖੋ ਪੂਰੀ ਖਬਰ। ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਯਸ਼ ਸ਼ਰਮਾ ਦੀ ਰਿਪੋਰਟ। ਸਾਨੂੰ ਪਤਾ ਲੱਗਾ ਫਾਈਨ ਇਲੈਕਟ੍ਰਿਕ ਸਟੋਰ 'ਤੇ ਸ਼ਾਰਟ ਸਰਕਟ ਨਾਲ ਅੱਗ ਲੱਗ ਗਈ ਅਤੇ ਅਸੀਂ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਅਤੇ ਫਾਇਰ ਬ੍ਰਿਗੇਡ ਬਹੁਤ ਛੇਤੀ ਪਹੁੰਚ ਗਈ ਹੈ ਅਤੇ ਉਹ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਿਹਾ ਅਤੇ ਉਮੀਦ ਹੈ ਵੀ ਫਟਾਫਟ ਅੱਗ ਬੁਝ ਜਾਊਗੀ। ਇਹ ਕਿਹਨਾਂ ਦੀ ਦੁਕਾਨ ਹੈ, ਕਿੱਥੇ ਦੁਕਾਨ ਹੈ? ਫਾਈਨ ਇਲੈਕਟ੍ਰਿਕ ਸਟੋਰ ਫਾਈਨ ਇਲੈਕਟ੍ਰਿਕ ਕੰਪਨੀ ਸਟਾਰਟਮੈਂਟ ਦੇ ਨੇੜੇ ਆ, ਸਰਾਏ ਰੋਡ 'ਤੇ ਆ। ਅਤੇ ਅੱਗ ਲੱਗਣ ਦਾ ਕਾਰਨ ਕੋਈ ਸਮਝ ਨਹੀਂ? ਸ਼ਾਰਟ ਸਰਕਟ ਹੀ ਆ। ਕਿੰਨੀਆਂ ਗੱਡੀਆਂ ਲੱਗੀਆਂ ਫਾਇਰ ਬ੍ਰਿਗੇਡ ਦੀਆਂ? ਹਾਲੇ ਪਹਿਲੀ ਗੱਡੀ ਚੱਲ ਰਹੀ ਹੈ, ਉਮੀਦ ਹੈ ਵੀ ਦੋ ਗੱਡੀਆਂ ਆ ਚੁੱਕੀਆਂ ਅਤੇ ਪਹਿਲੀ ਗੱਡੀ ਨੇ ਅੱਗ ਬੁਝਣ ਦੀ ਆਸ ਹੈਗੀ ਹੈ। ਅਤੇ ਨੁਕਸਾਨ ਕੁਛ ਪਤਾ ਚੱਲਿਆ ਕਿੰਨਾ ਕੁ ਹੋਊਗਾ? ਨੁਕਸਾਨ ਤੇ ਜਦੋਂ ਆਪਾਂ ਦੇਖਾਂਗੇ ਬਾਅਦ ਚ ਪਤਾ ਲੱਗੂਗਾ। ਮੈਂ ਸੁਰੇਸ਼ ਕੁਮਾਰ ਸਾਪਾ ਰਫਤਰ। ਹਰ ਕੀ ਮਾਮਲਾ ਕੀ ਹੈ ਜਿਹੜਾ ਇੱਕ ਅੱਗ ਲੱਗਣ ਦਾ ਕਾਰਨ ਕੀ ਹੈ? 15 ਕੁ ਮਿੰਟ ਪਹਿਲਾਂ ਫੋਨ ਆਇਆ ਸੀਗਾ ਵੀ ਭਲਵਾਨਾਂ ਦੀ ਡੈਰੀ ਦੇ ਸਾਹਮਣੇ ਨਾ ਫਾਈਨ ਇਲੈਕਟ੍ਰੀ ਦੇ ਅੱਗ ਲੱਗ ਗਈ ਹੈ ਜੀ। ਅਸੀਂ ਤੁਰੰਤ ਹੀ ਦੋ ਗੱਡੀਆਂ ਲੈ ਕੇ ਫਾਇਰ ਵਾਲੀ ਜਗ੍ਹਾ ਤੇ ਪਹੁੰਚੇ ਹਾਂ। ਸਰ ਕਿਸ ਨਾਂ ਦੇ ਉੱਪਰ ਦੁਕਾਨ ਹੈ, ਕਿਸ ਰੋਡ ਦੇ ਉੱਪਰ ਹੈ? ਇੱਕ ਸਾਈਡ ਫਾਈਨ ਇਲੈਕਟ੍ਰਿਕ ਸਟੋਰ ਹੈ ਜੀ, ਸਰਾਏ ਰੋਡ 'ਤੇ। ਕਿੰਨੀਆਂ ਗੱਡੀਆਂ ਲੱਗੀਆਂ ਆਪਣੀਆਂ ਫਾਇਰ ਦੀ? ਦੋ ਗੱਡੀਆਂ ਲੈ ਕੇ ਆਏ, ਹਜੇ ਤੇ ਇੱਕ ਨੇ ਕੰਮ ਚੱਲ ਰਿਹਾ ਜੀ। ਇੱਕ ਨੇ ਚੱਲ ਰਿਹਾ ਤੇ ਅੱਗ ਨੂੰ ਕਾਬੂ ਪਾ ਲਿਆ? ਅੱਗ ਨੂੰ ਕਾਬੂ ਪਾ ਲਿਆ, ਅੱਗ ਕੰਟਰੋਲ ਆਈ। ਹਾਂਜੀ, ਅੱਗ ਕੰਟਰੋਲ ਆਈ। ਤੇ ਲੱਗੀ ਕਿੱਥੇ ਆਈ ਹੈ ਅੱਗ? ਇਹ ਸਰਾਏ ਰੋਡ ਤੇ ਫਾਇਰ ਉੱਪਰਲੀ ਮੰਜ਼ਿਲ ਤੇ।